ਤੇ ਮੈਂ ਐਗਰੀਕਲਚਰ ਸਬ ਇੰਸਪੈਕਟਰ ਦੇ ਤੌਰ ਤੇ ਅੱਜ ਜੁਆਇਨ ਕਰਨ ਜਾ ਰਿਹਾ ਜੀ। ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਮੈਂ ਆਪਦੇ ਦਿਲ ਦੀ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹਣਾ। ਮੈਂ ਤੁਹਾਡਾ ਬਚਪਨ ਤੋਂ ਹੀ ਬਹੁਤ ਵੱਡਾ ਫੈਨ ਹੈਗਾ ਤੇ ਅੱਜ ਆਪ ਜੀ ਦੇ ਉਪਰਾਲੇ ਸਦਕਾ ਅਸੀਂ ਆਪਣੇ ਘਰਾਂ ਦੇ ਜਿਹੜੇ ਚੁੱਲ੍ਹਿਆਂ ਦੀ ਅੱਗ ਨੂੰ ਹੋਰ ਉੱਚਾ ਕਰਨ ਜਾ ਰਹੇ ਹਾਂ ਜੀ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਮੈਂ ਆਇਲਸ ਵੀ ਕੀਤੀ ਹੋਈ ਸੀਗੀ, ਘਰ ਦੇ ਦੁਖੀ ਸੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ, ਬਈ ਜਦੋਂ ਰੁਜ਼ਗਾਰ ਕੱਢਦੇ ਸੀ ਤੀਜੇ ਚੌਥੇ ਸਾਲ ਨੌਕਰੀਆਂ ਕੱਢਤੀਆਂ, ਕੁਝ ਪੂਰੀਆਂ ਹੁੰਦੀਆਂ ਸੀ ਕੁਝ ਨਹੀਂ ਵੀ ਪੂਰੀਆਂ ਹੁੰਦੀਆਂ ਸੀਗੀਆਂ, ਪਰ ਜਦੋਂ ਤੋਂ ਆਪ ਜੀ ਦੀ ਸਰਕਾਰ ਬਣੀ ਆ ਨਿਰੰਤਰ ਇਹ ਵਾਲਾ ਜਿਹੜਾ ਸਿਲਸਿਲਾ ਜਾਰੀ ਹੈ ਜੀ, ਸਟਾਰਟਿੰਗ ਵਾਲੇ ਦਿਨ ਤੋਂ ਹੀ ਨੌਕਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਆ ਤੇ ਅੱਜ ਅਸੀਂ ਆਪਣੇ ਮੁਕਾਮ ਤੇ ਆਇਲਸ ਕਲੀਅਰ ਹੋ ਗਈ ਸੀ। ਡੈਡੀ ਕਹਿੰਦੇ ਚੱਲ ਇੱਕ ਚਾਂਸ ਤੂੰ ਆਪ ਦੀ ਸਰਕਾਰ ਨੂੰ ਵੀ ਦੇ ਹੀ ਦੇ, ਤੇ ਅੱਜ ਮੈਂ ਫਾਈਨਲੀ ਘਰ ਦੇ ਕਹਿੰਦੇ ਚੱਲ ਹੁਣ ਆਪਾਂ ਉਮੀਦ ਰੱਖ ਸਕਦੇ ਹਾਂ ਕਿ ਹੁਣ ਆਪਾਂ ਨੂੰ ਵੀ ਇੱਕ ਰੁਜ਼ਗਾਰ ਦਾ ਮੌਕਾ ਮਿਲ ਸਕਦਾ। ਤੇ ਇਹ ਇੱਕ ਹੁੰਦਾ ਤਾਂ ਮਿਹਨਤ ਦਾ ਉਹੀ ਹੈ ਫਲ ਹੀ ਹੈ ਜੀ। ਅੱਜ ਮੈਂ ਘਰ ਬੈਠੇ ਕੈਂਡੀਡੇਟਸ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਬੱਚੇ ਅੱਜ ਟੀਵੀ ਤੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਤੱਕ ਆਮ ਆਦਮੀ ਦੀ ਸਰਕਾਰ ਆ ਤੁਸੀਂ ਆਪਣੀ ਮਿਹਨਤ ਦੀ ਜੰਗ ਜਾਰੀ ਰੱਖਿਓ, ਤੁਹਾਨੂੰ ਵੀ ਤੁਹਾਡੀ ਮਿਹਨਤ ਦਾ ਫਲ ਕਦੇ ਨਾ ਕਦੇ ਜ਼ਰੂਰ ਮਿਲੂਗਾ, ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਮਿਲੂਗਾ। ਮੁਕਤਸਰ ਏਰੀਆ 2010 ਦੇ ਵਿੱਚ ਵੀ ਤੁਸੀਂ ਉੱਥੇ ਮੁਕਤਸਰ ਦੁਸ਼ਹਿਰੇ ਤੇ ਆਏ ਸੀ, ਉਦੋਂ ਵੀ ਮੇਰੀ ਬਹੁਤ ਮਤਲਬ ਕੋਸ਼ਿਸ਼ ਸੀਗੀ ਕਿ ਤੁਹਾਨੂੰ ਮਿਲਾਂ, ਪਰ ਉਦੋਂ ਮਿਲ ਨਹੀਂ ਪਾਇਆ ਜੀ। ਮੈਂ ਛੋਟੇ ਹੁੰਦੇ ਤੇ ਤੁਹਾਨੂੰ ਬਹੁਤ ਮਤਲਬ ਮਿਸ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਅੱਜ ਵੀ ਮਿਲਾਂ ਤੁਹਾਨੂੰ ਜੀ। ਚਲੋ ਅੱਜ ਹੋਰ ਪੂਰੀ ਹੋ ਗਈ। ਹਾਂਜੀ ਹਾਂਜੀ, ਦੋ ਸੁਪਨੇ ਪੂਰੇ ਹੋਏ ਆ, ਪਹਿਲਾਂ ਤਾਂ ਨੌਕਰੀ ਦਾ ਜੀ, ਦੂਜਾ ਮਿਲਣ ਦਾ, ਦੂਜਾ ਮਿਲਣ ਦਾ ਜੀ, ਤੇ ਅੱਜ ਆਪਾਂ ਰੂਬਰੂ ਗੱਲ ਵੀ ਕਰ ਲਈ। ਆਪਾਂ ਸੁਪਨੇ ਸਾਕਾਰ ਕਰਨ ਆਏ ਹਾਂ, ਤੂੰ ਹੋਰ ਕੀ ਕਰਨਾ ਹੈ? ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਮੁਬਾਰਕਾਂ। ਹਾਂਜੀ ਥੈਂਕ ਯੂ ਸਰ, ਥੈਂਕ ਯੂ, ਵਧਾਈਆਂ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਕੈਂਡੀਡੇਟ ਜੀ ਪਲੀਜ਼ ਅੱਗੇ ਜੀ, ਉੱਪਰ ਪਹੁੰਚਣਾ ਜੀ, ਉੱਧਰ ਜੀ, ਇਸਰੋ ਦੇ ਵਿੱਚ ਜੀ, ਇੱਧਰ ਜੀ ਆ ਜਾਓ, ਇੱਧਰ ਆ ਦੋ ਤੁਸੀਂ। ਜਿਸ ਤਰ੍ਹਾਂ ਦੱਸਿਆ ਨਾ, ਸਾਰਾ ਪੰਜਾਬ ਹੀ ਮੁੱਖ ਮੰਤਰੀ ਸਾਹਿਬ ਦਾ ਫੈਨ ਆ ਜੀ, ਅਸੀਂ ਵੀ ਬਹੁਤ ਫੈਨ ਆ। ਅੱਜ ਤੁਹਾਡੀਆਂ ਤਿੰਨ ਤਿੰਨ ਨਵੀਂ ਇੱਛਾਵਾਂ ਪੂਰੀਆਂ ਹੋ ਰਹੀਆਂ ਜੀ, ਮੁੱਖ ਮੰਤਰੀ ਸਾਹਿਬ ਦੇ ਮੁਬਾਰਕਾਂ ਤੁਹਾਨੂੰ। ਤੁਸੀਂ ਸਤਿ ਸ਼੍ਰੀ ਅਕਾਲ, ਧੂਰੀ ਤੋਂ ਸਰ, ਮੈਂ ਧੂਰੀ, 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ, ਆਵਾਜ਼ ਥੋੜਾ ਜਿਹਾ, 14 ਸਾਲ ਹੋ ਗਏ ਸਰ ਮੈਨੂੰ ਜੀ, ਪ੍ਰਾਈਵੇਟ ਜੋਬ ਕਰਦੇ ਨੇ ਜੀ, 14 ਸਾਲ ਬਾਅਦ ਅੱਜ ਮੇਰੀ ਤੁਸੀਂ ਸੁਣੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੂਰੀ ਤੋਂ ਸ਼ੇਰਪੁਰ ਸੋਢੀਆਂ ਜੀ, ਹਰਭਜਨ ਦਾ ਬੇਟਾ ਜੀ, ਸ਼ੇਰਪੁਰ ਸੋਢੀਆਂ ਜੀ। ਹਾਂ ਸ਼ੇਰਪੁਰ, 12 ਸਾਲ ਹੋ ਗਏ ਤੁਹਾਡੇ ਨਾਲ ਜੁੜੇ ਨੂੰ ਪਾਲੀ ਵੱਲੋਂ ਜੀ। ਅੱਛਾ, ਤੇ ਹੁਣ ਕਿਹੜੀ ਨੌਕਰੀ ਜੁਆਇਨ ਕਰ? ਮੈਂ ਸਰ ਫਾਇਰ ਡਰਾਈਵਰ ਜੀ। ਅੱਛਾ ਹਾਂ ਜੀ, ਫਾਇਰ ਬ੍ਰਿਗੇਡ ਤੇ। ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੂਸੇ ਜਾਂ ਕੋਈ? ਨਹੀਂ ਸਰ, 1 ਰੁਪਿਆ ਵੀ ਨਹੀਂ ਜੀ। ਕੋਈ ਇਧਰੋਂ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ? ਨਹੀਂ ਸਰ, ਕੋਈ ਬੁੱਧਵਾਰ ਨੂੰ ਆ ਜੀ, ਵੀਰਵਾਰ ਨੂੰ ਆ ਜੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ, 14 ਸਾਲ ਬਾਅਦ ਸੁਣੀ ਜੀ ਨੇ। ਨਹੀਂ ਨਹੀਂ, ਕੋਈ ਨਹੀਂ, ਅਸਲ 'ਚ ਤੁਹਾਡੀ ਮਿਹਨਤ ਹੈ, ਅਸੀਂ ਸੁਣਨ ਵਾਲਾ ਤਾਂ ਪ੍ਰਮਾਤਮਾ ਹੈ, ਦੇਖੋ ਆਪਾਂ ਤਾਂ ਜ਼ਰੀਆ ਬਣ ਸਕਦੇ ਹਾਂ, ਪਰ ਕਰੇ ਖੁਸ਼ੀ ਹੈ ਮੈਨੂੰ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ, ਬਹੁਤ ਬਹੁਤ ਧੰਨਵਾਦ। ਨਹੀਂ ਨਹੀਂ, ਹੁਣ ਹੋਰ ਅੱਗੇ ਜਾਣਾ, ਔਰ ਇਸ ਮੈਂ ਅੱਜ ਇਹ ਵੀ ਕਹੂੰਗਾ ਤੁਹਾਨੂੰ, ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ, ਨਾ ਹੀ ਪਹਿਲੀ ਸਮਝਣਾ, ਹਜੇ ਹੋਰ ਪੜ੍ਹ ਕੇ ਹੋਰ ਜ਼ਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, ਪੜ੍ਹ ਲਓ, ਮੈਰਿਟ 'ਚ ਆ ਜਾਓ, ਤੁਹਾਡੇ ਘਰੇ ਚਿੱਠੀ ਆਊਗੀ। ਜਿੰਦਾਬਾਦ, ਬਹੁਤ ਬਹੁਤ ਧੰਨਵਾਦ। ਅੱਗੇ ਜੀ ਕੋਈ ਉਮੀਦਵਾਰ ਬੋਲੋ, ਇੱਧਰ ਇੱਧਰ ਮੁੰਡਾ ਖੜਾ, ਆਓ ਇੱਧਰ ਜੀ, ਆਓ, ਕਾਫੀ ਦੇਰ ਤੋਂ ਮੁੰਡਾ ਹੱਥ ਖੜਾ। ਚਾਂਪ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਰ, ਸਰ ਮੇਰਾ ਨਾਮ ਸਰਬਜੀਤ ਸਿੰਘ, ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ। ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ, 18 ਸਾਲ ਨੌਕਰੀ ਕੀਤੀ ਆਰਮੀ ਦੀ, ਔਰ ਉਸ ਵਕਤ ਹਾਲਾਤ ਇਹੀ ਸੀਗੇ, ਘਰ ਦੀ ਗਰੀਬੀ ਸੀਗੀ ਅਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ। ਮਜਬੂਰੀ ਇਹ ਸੀਗੀ ਸਰ, ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ, JBD ਦੀ ਤਿਆਰੀ ਕੀਤੀ ਸੀਗੀ, ਪਰ ਉਦੋਂ ਸਰਕਾਰਾਂ ਦੇ ਹਾਲਾਤ ਇੱਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਸੀਗਾ ਨੌਕਰੀ ਦਾ, ਇੱਕ ਹੀ ਰਸਤਾ ਸੀ ਸਰ।
ਅਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ 'ਚ ਹਮੇਸ਼ਾ ਰਹਿੰਦੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ, ਪੰਜਾਬ ਵਿੱਚ ਨੌਕਰੀ ਮਿਲੇ। ਅਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਤੋਂ ਬਾਅਦ ਰਿਟਾਇਰਮੈਂਟ ਲੈ ਸਕਦਾ ਸੀ, ਮੇਰਾ ਹੱਕ ਸੀਗਾ। ਅਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜ੍ਹਨਾ ਹੈ ਅਤੇ ਹੋਰ ਪੜ੍ਹ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ। ਅਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ, ਉਦੋਂ ਵੀ ਮੌਕਾ ਮਿਲਿਆ ਸੀ ਮਤਲਬ, ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਰਹੇ ਤਾਂ ਸਿੱਧੇ ਸਾਧੇ ਸੰਤ ਛਪਾਈ ਹੈ। ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਸਹੁੰ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਛਪਾਈ ਹੋ, ਤੁਸੀਂ ਸੰਤ ਵੀ ਹੋ ਅਤੇ ਛਪਾਈ ਵੀ ਹੋ, ਲੜੋਗੇ ਵੀ ਅਤੇ ਸੰਤਾਂ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ। ਅਤੇ ਸਰ ਉਦੋਂ ਮਤਲਬ ਸਰਕਾਰਾਂ ਦੇ ਹਾਲਾਤ ਇੱਦਾਂ ਸੀਗੇ ਕਿ ਸਾਡੇ ਕੋਲ ਨਾ ਕੋਈ ਸਿਫਾਰਸ਼ ਸੀ, ਨਾ ਕੋਈ ਜੁਗਾੜ ਸੀ, ਨਾ ਕਿਸੇ ਨੂੰ ਦੇਣ ਦੀ ਪਾਵਰ ਸੀਗੀ ਇੰਨੀ ਕੁਛ। ਅਤੇ ਹੁਣ ਇਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ 'ਤੇ, ਮੇਰੇ ਇਕੱਲੇ 'ਤੇ ਨਹੀਂ ਸਰ ਪੂਰੇ ਪੰਜਾਬ 'ਤੇ ਹੈ, ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ। ਇਮਾਨਦਾਰੀ ਨਾਲ ਭਰਤੀ ਹੁੰਦੀ ਹੈ ਸਰ, ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ, ਉਹ ਜਿੰਨਾ ਪੜ੍ਹਿਆ ਲਿਖਦੇ ਹੋ ਉਹਦਾ ਰਿਜ਼ਲਟ ਜ਼ਰੂਰ ਮਿਲਦਾ, ਇਹ ਸੱਚਾਈ ਹੈ ਸਰ। ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਪੰਜਾਬ ਪਟਵਾਰੀ 'ਚ ਮੇਰੀ ਸਿਲੈਕਸ਼ਨ, ਪੰਜਾਬ ਪਟਵਾਰੀ 'ਚ ਸਿਲੈਕਸ਼ਨ ਹੋਈ ਸਰ, ਮਾਲ ਪਟਵਾਰੀ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੇ ਹੀ ਜਗ੍ਹਾ 'ਤੇ ਆ ਗਿਆ, ਮੈਂ ਆਪਣੇ ਘਰ। ਘਰੇ ਚਿੱਠੀ ਆਈ ਜਾਂ ਕਿਵੇਂ ਹੋਇਆ, ਪਤਾ ਕਿਵੇਂ ਲੱਗਿਆ, ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ? ਸਰ ਸਰ ਚਿੱਠੀ ਆਈ ਸੀ ਸਰ, ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀਗੀ ਸਰ, ਮੇਲ ਵੀ ਆਈ, ਮੇਰੇ ਮੈਸੇਜ ਵੀ ਆਇਆ ਸੀ ਮੇਲ 'ਚ। ਅਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ, ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ, ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ, NOC ਲੈ ਕੇ ਫੌਜ ਦੀ ਜੀ ਸਰ। ਅਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀਗੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ, ਪੰਜਾਬ ਦੇ ਵਿੱਚ ਰਹਾਂ। ਅਤੇ ਲੋਕ ਬਹੁਤ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਸਰ, ਮੇਰੇ ਭਾਣਜੇ ਵੀ ਆਈਲੈਟਸ ਕਰੀ ਬੈਠੇ ਆ, ਉਹਨਾਂ ਨੂੰ ਮੈਂ ਬੜਾ ਕਹਿੰਦਾ, ਔਰ ਅਜੇ ਵੀ ਉਹਨਾਂ ਨੂੰ ਮੈਂ ਆਪ ਨਹੀਂ ਕਹਿੰਦਾ ਕਿ ਮੇਰੀ ਇੱਕ ਤੁਸੀਂ ਸੋਚ ਲੈ ਲਓ, ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਹੈਗੀ ਕਿ ਬਾਹਰ ਦਾ ਸਮੁੰਦਰ ਲੁੜ ਰਿਹਾ, ਬਾਹਰ ਨੂੰ ਜਾ ਰਿਹਾ, ਅਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ। ਔਰ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜ਼ਬੂਰੀ ਨੂੰ ਬਾਹਰ ਗਏ ਹਾਂ, ਅਸੀਂ ਫੌਜੀ ਲੱਗ ਗਏ ਹਾਂ, ਫੌਜ ਵਿੱਚ ਪਰਦੇਸ ਰਹੇ ਹਾਂ, ਅਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ। ਔਰ ਫੌਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹਿੰਦੀ ਸੀ ਕਿ ਪੰਜਾਬ ਜਾਈਏ। ਜਦੋਂ 6 ਮਹੀਨਿਆਂ ਬਾਅਦ ਛੁੱਟੀ ਆਉਂਦੇ ਸੀ ਅਤੇ ਜਦੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਉਤਰਦੇ ਸੀ ਟ੍ਰੇਨ, ਤਾਂ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆਪਦੀ ਧਰਤੀ 'ਤੇ ਪਹੁੰਚ ਗਏ ਹਾਂ। ਸਰ ਬਹੁਤ ਮਾੜਾ, ਬਾਹਰ ਡਿਊਟੀਆਂ ਹੁੰਦੀ ਸੀ, 72 ਘੰਟਿਆਂ ਦੀ ਪੈਟਰੋਲਿੰਗ ਵੀ ਜਾਂਦੇ ਸੀ, ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ, ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ। ਔਰ ਪੰਜਾਬ 'ਚ ਮੈਂ ਭਾਣਜੇ ਭਾਣਜੇ ਨੂੰ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ? ਜੇ ਕੁਛ ਕਰਨਾ ਚਾਹੁੰਦੇ, ਤੁਹਾਡੀ ਦਮ ਹੈਗਾ, ਤੁਹਾਡੀ ਸੋਚ ਹੈਗੀ ਹੈ, ਪੜ੍ਹਾਈ ਕਰਦੇ ਹੋ, ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਤਾਂ ਆਪਣੇ ਪੰਜਾਬ 'ਚ ਕਰੋ। ਔਰ ਉਹਨਾਂ ਦੀ ਖੁਸ਼ ਨਸੀਬੀ ਹੈ, ਤਾਂ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ, ਕਿ ਜਿਹਦੇ ਸਾਨੂੰ ਮੌਕਾ ਮਿਲਦਾ ਆਪਦੀ ਮਿਹਨਤ ਨੂੰ ਰੰਗ ਦੇਖਣ ਦਾ। ਅਸੀਂ ਅਗਰ ਮਿਹਨਤ ਕਰਦੇ ਹਾਂ ਤਾਂ ਫਲ ਜ਼ਰੂਰ ਮਿਲਦਾ ਸਰ। ਥੈਂਕ ਯੂ ਸਰ, ਥੈਂਕ ਯੂ ਇਸ ਸਰ ਇਸ ਸਰਕਾਰ ਦਾ, ਥੈਂਕ ਯੂ ਬਹੁਤ ਬਹੁਤ। ਅਤੇ ਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ, ਉਹ ਵੀ ਬੜਾ ਮਾਣ ਦਿੱਤਾ ਹੈ। ਬਿਲਕੁਲ ਸਰ, ਲੋਕ DC ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗਿਆ। ਥੈਂਕ ਯੂ ਸਰ। ਸੋ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਫੌਜ ਦੇ ਵਿੱਚ ਕਿਹਾ ਜਾਂਦਾ ਕਿ ਇਮਾਨਦਾਰੀ ਨਾਲ ਕੰਮ ਕਰਨਾ, ਤੁਸੀਂ ਜੰਗਲਾਂ 'ਚ 72 ਘੰਟੇ ਪੈਟਰੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ, ਅਤੇ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ, ਅਤੇ ਤੁਹਾਡੀ ਇੱਛਾ ਤਾਂ ਜ਼ਰੂਰ ਕਰੋ, ਅਤੇ ਆਪਦਾ ਜਿਵੇਂ ਉੱਧਰ ਨਾਮ ਕਮਾਇਆ ਇੱਧਰ ਵੀ ਤੁਹਾਡਾ ਨਾਮ ਹੋਵੇ ਕਿ ਹਾਂਜੀ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ, ਅਤੇ ਉਹਨੇ ਸਾਰਾ ਸੁਧਾਰ ਕੇ ਰੱਖਤਾ ਸਿਸਟਮ। ਸੋ ਸਿਸਟਮ ਨੂੰ ਸੁਧਾਰਨ 'ਚ ਇਕੱਲਾ ਭਗਵੰਤ ਮਾਨ ਨਹੀਂ ਕੁਛ ਕਰ ਸਕਦਾ, ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਐਫਰਟ ਕਰਨੀ ਪਊਗੀ, ਇੱਕ ਲਹਿਰ ਬਣਾਉਣੀ ਪਊਗੀ, ਇੱਕ ਮੁਹਿੰਮ ਬਣਾਉਣੀ ਪਊਗੀ, ਔਰ ਤੁਸੀਂ ਉਸ ਮੁਹਿੰਮ ਦਾ ਇੱਕ ਹਿੱਸਾ ਹੋਵੋਗੇ। ਥੈਂਕ ਯੂ ਸਰ। ਇੱਕ ਮੈਂ ਇਹੀ ਕਹਿਣਾ ਚਾਹੂੰਗਾ ਸਰ ਕਿ ਇਸ ਸਰਕਾਰ ਨੂੰ ਤਾਂ ਬਹੁਤ ਥੈਂਕ ਯੂ ਬੋਲਦਾ, ਧੰਨਵਾਦ ਬੋਲਾਂਗਾ ਸਰ, ਹਮੇਸ਼ਾ ਯਾਦ ਰੱਖਾਂਗਾ। ਔਰ ਸਰ
ਤੁਹਾਡੇ ਸਾਡੇ ਜੋ ਸੀਐਮ ਮਾਨ ਸਾਹਿਬ ਤੁਸੀਂ ਹੋ ਸਰ, ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100%, ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ। ਜੋ ਬਾਹਰ ਨੂੰ ਜਾ ਰਿਹਾ ਸੀ ਸਮੁੰਦਰ, ਉਹਨੂੰ ਤੁਸੀਂ ਬੰਨ ਪਾਤਾ, ਨੱਕਾ ਲਾਤਾ, ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ, ਹੁਣ ਇਸੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਸਰ। ਨਹੀਂ ਨਹੀਂ, ਬਾਹਰ ਬੰਦ ਵੀ ਨਹੀਂ ਹੋਏ, ਬਾਹਰੋਂ ਆਉਣ ਵੀ ਲੱਗ ਗਏ। ਆਉਣ ਵੀ ਲੱਗੇ ਸਰ। ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ, ਬਹੁਤ ਸਾਰੇ ਮੁੰਡੇ ਆਏ ਨੇ, ਮੈਨੂੰ ਮਿਲ ਕੇ ਵੀ ਗਏ ਨੇ, ਕੰਮਕਾਰ ਕਰਨਗੇ ਇੱਥੇ। ਤਾਂ ਆਪਾਂ ਪੰਜਾਬ ਨੂੰ ਠੀਕ ਕਰੀਏ, ਕਿਉਂ ਆਪਾਂ ਬਗਾਨੇ ਮੁਲਕਾਂ 'ਚ ਜਾ ਕੇ ਉੱਥੇ ਬਰਫਾਂ 'ਚ ਨਾ ਆਪਣੇ ਨਾਲ ਕੋਈ ਸੱਭਿਆਚਾਰ ਮਿਲਦਾ ਹੈ, ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਹੈ, ਨਾ ਮੌਸਮ ਆਪਣੇ ਅਨੁਕੂਲ ਦਾ ਹੈ, ਆਪਣੇ ਕੋਲ ਸਾਰਾ ਕੁਝ ਹੈ ਇੱਥੇ ਧਰਤੀ 'ਤੇ। ਆਪਣੇ ਕੀ ਮਾੜਾ, ਸਿਸਟਮ ਹੀ ਖਰਾਬ ਸੀ, ਉਹ ਠੀਕ ਕਰ ਲਾਂਗੇ, ਆਪਣਾ ਘਰ ਹੀ ਠੀਕ ਕਰੀਏ, ਆਪਣੇ ਘਰ ਨੂੰ ਛੱਡ ਕੇ ਨਾ ਭੱਜੀਏ। ਸੋ ਬਹੁਤ ਬਹੁਤ ਧੰਨਵਾਦ, ਮੁਬਾਰਕ। ਥੈਂਕ ਯੂ ਸਰ, ਮੁਬਾਰਕ। ਥੈਂਕ ਯੂ ਸਰ। ਆਹ ਮੁੰਡਾ, ਆਹ ਮੁੰਡਾ ਇਹਦੇ ਤੀਜੀ ਲਾਈਨ 'ਚ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਮਨੀਸ਼ ਸ਼ਰਮਾ ਸਰ। ਸਰ ਮੈਂ ਰੈਵਨਿਊ ਪਟਵਾਰੀ ਜਲੰਧਰ ਤੋਂ ਹਾਂ ਵੈਸੇ ਮੈਂ, ਅਤੇ ਹੁਸ਼ਿਆਰਪੁਰ ਮੇਰੀ ਪੋਸਟਿੰਗ ਆਈ ਹੈ। ਅਤੇ ਸਰ 2021 'ਚ ਮਾਸਟਰਸ ਕੀਤੀ ਸੀ ਮੈਂ, ਅਤੇ ਉਦੋਂ ਸਾਡੇ ਰੌਲਾ ਪਿਆ ਸੀ, ਯੂਨੀਵਰਸਿਟੀ 'ਚ ਪੋਸਟਾਂ ਆਈਆਂ, ਸਾਰੇ ਕਹਿੰਦੇ ਪੈਸੇ ਦੇ ਕੇ ਲੱਗਦੇ ਆ, ਇੱਦਾਂ ਲੱਗਦੇ, ਇੱਦਾਂ ਲੱਗਦੇ ਆ। ਆਪਾਂ ਵੀ ਉਦੋਂ ਤਿਆਰੀ ਕਰਨੀ ਸ਼ੁਰੂ ਕਰਤੀ ਬਾਹਰ ਜਾ। ਨਹੀਂ ਨਹੀਂ, ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ। ਨਹੀਂ ਨਹੀਂ, ਪੇਪਰ ਦੀ ਤਿਆਰੀ ਫਿਰ ਸ਼ੁਰੂ ਕੀਤੀ ਆਪਾਂ, ਹੈ ਨਾ। ਫਿਰ ਮਤਲਬ 3 ਸਾਲ ਬਾਅਦ 2024 'ਚ ਹੁਣ ਮੇਰਾ ਰੈਵਨਿਊ ਪਟਵਾਰੀ 'ਚ ਨਾਮ ਆ ਗਿਆ। ਬਾਹਰ ਜਾਣ ਦਾ ਵੀ ਪਲਾਨ ਸੀਗਾ, ਪਰ ਸਰ ਉਹ ਫਿਰ ਮਨ ਜਿਹਾ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ। ਪਰ ਇਹ ਹੈ ਕਿ ਤੁਹਾਡੀ ਸਰਕਾਰ ਨੇ ਮੌਕਾ ਦਿੱਤਾ, ਅਤੇ ਬਹੁਤ ਬਹੁਤ ਖੁਸ਼ੀ ਹੈ ਸਰ ਇਸ ਗੱਲ ਦੀ ਕਿ ਪਟਵਾਰੀ 'ਚ ਸਾਡਾ ਨਾਮ ਆ ਗਿਆ। ਅਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ, ਨਾ ਕੁਛ ਹੋਇਆ, ਨਾ ਸਿਫਾਰਿਸ਼, ਜਿੱਦਾਂ ਪੇਪਰ 'ਚ ਪੜਿਆ ਸੀਗਾ, ਜਿੱਦਾਂ ਪ੍ਰੀਵੀਅਸ ਈਅਰ ਦਾ ਅਨੈਲਿਸਿਸ ਸੀਗਾ, ਸੇਮ ਉੱਦਾਂ ਦਾ ਹੀ ਪੇਪਰ, ਮਤਲਬ ਉੱਦਾਂ ਦਾ ਹੀ ਦੇਖਣ ਨੂੰ ਮਿਲਿਆ। ਅਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈਸਿਆਂ ਤੋਂ ਵੀ ਸਿਲੈਕਸ਼ਨ ਹੋਈ ਸਾਡੀ ਸਾਰਿਆਂ ਦੀ। ਅਤੇ ਮਤਲਬ ਕਾਫੀ ਯੂਨੀਵਰਸਿਟੀ 'ਚ ਵੀ ਜਿੱਦਾਂ ਕਾਫੀ ਨਾਲ ਦੇ ਮੁੰਡਿਆਂ ਦੀ ਵੀ ਸਿਲੈਕਸ਼ਨਾਂ ਹੋਈਆਂ, ਆਸੇ ਪਾਸੇ ਬਹੁਤਾਂ ਦੀ ਦੇਖੀਆਂ ਆਪਾਂ ਸਿਲੈਕਸ਼ਨਾਂ ਹੁੰਦੀਆਂ, ਜਿਹੜੇ ਨਾਲ ਪੜ੍ਹਦੇ ਸੀ ਲਗਭਗ ਸਾਰਿਆਂ ਨੂੰ ਮਤਲਬ ਇਸ ਟਾਈਮ 'ਤੇ ਨੌਕਰੀ ਤੁਸੀਂ ਦਵਾਤੀ ਹੈ ਜੀ। ਇਹ ਬਹੁਤ ਖੁਸ਼ੀ ਦੀ ਗੱਲ। ਤਰੱਕੀ ਕਰੋ, ਬਹੁਤ ਬਹੁਤ ਵਧੀਆ। ਥੈਂਕ ਯੂ। ਉਹ ਪਿੱਛੇ, ਬਹੁਤ ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ, ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ। ਅਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ 'ਤੇ ਤੁਸੀਂ ਜਗਰਾਓਂ ਗੇੜੀ ਮਾਰੀ ਸੀ ਇੱਕ ਵਾਰੀ, ਅਤੇ ਤੁਹਾਨੂੰ ਦੇਖਣ ਲਈ ਕੈਂਪੇਨਿੰਗ ਦੇ ਟਾਈਮ 'ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ। ਅਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ। ਹਾਂਜੀ, ਮੀਂਹ ਪਿਆ ਸੀ ਅਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ। ਅਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਹਾਂ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ, ਲਾਈਵ ਐਗਜ਼ਾਮਪਲ ਆ, ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ GK ਟੀਚਰ ਹਾਂ, ਅਤੇ ਮੈਂ ਇਹੋ ਜਿਹੇ ਸਟੂਡੈਂਟਸ ਨੂੰ ਪੜ੍ਹਾ ਰਹੀ ਹਾਂ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ PR ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ 'ਚ ਆ ਕੇ ਸੈਟਲ ਹੋ ਗਏ ਨੇ। ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ। ਹਾਂਜੀ, ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਛ ਹੈ। ਪਲੱਸ ਟੂ ਕਰਕੇ ਆਈਲੈਟਸ ਕਰਕੇ ਚਲੇ ਗਏ ਉਹ, ਤਾਂ ਹੁਣ ਬਾਕੀ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਤਾਂ ਅੱਗੇ ਪੜ੍ਹਨਾ ਪਊਗਾ। ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ। ਹਾਂਜੀ, ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ। ਹਾਂਜੀ, ਡੇਲੀ ਦਾ 200 ਜਵਾਕ ਪੜ੍ਹਾ ਦੀਦਾ। ਹਾਂਜੀ, ਇੱਕ ਨਹੀਂ ਜੀ, ਲੁਧਿਆਣੇ। ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ। ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜ੍ਹਾ ਰਹੇ ਹਾਂ? ਉੱਥੋਂ ਮੈਂ ਹੁਣ ਛੱਡ ਦੂੰਗੀ, ਉਹ ਤੇ ਪ੍ਰਾਈਵੇਟ ਆ ਨਾ ਫਿਰ। ਹਾਂਜੀ, ਉੱਥੇ ਫਿਰ ਟੀਚਰ ਹੈਗੇ ਨੇ ਹੋਰ, ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ।
ਥੈਂਕ ਯੂ ਥੈਂਕ ਯੂ ਜਦੋਂ ਮਿਲ ਗਈ ਕੋਈ ਹੋਰ ਆ ਜੀ ਹਾਂਜੀ ਧੰਨਵਾਦ ਬਹੁਤ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਹਾਨੂੰ ਸਾਰੇ ਉਮੀਦਵਾਰਾਂ ਨੂੰ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਇਹ ਪੰਜਾਬ ਦੇ ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੌਜਵਾਨ ਸੀ ਇੱਕ ਕੁੜੀ ਆ ਦੇਖੀ ਉਸ ਬਿਲਕੁਲ ਅਮਨ ਜੀ ਆ ਇੱਕ ਮਿੰਟ 'ਚ ਆ ਜਾਂਦਾ ਮਾਈਕ ਆਉਂਦਾ ਤੁਹਾਡੇ ਉਹ ਉੱਪਰ ਦੀ ਆ ਬੜੀਆਂ ਕਮਾਲ ਦੀਆਂ ਕਹਾਣੀਆਂ ਨੇ ਅਸਲ 'ਚ ਪਹਿਲਾਂ ਕਿਸੇ ਨੇ ਸੁਣੀਆਂ ਹੀ ਨਹੀਂ ਅਸਲ 'ਚ ਇੰਨਾ ਨੇੜਿਓ ਕਿਸੇ ਨੇ ਸੁਣਿਆ ਹੀ ਨਹੀਂ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਕੋਮਲ ਸਾਗਰ ਪਿੰਡ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਤੋਂ ਹਾਂ ਮੈਂ ਅਤੇ ਦਿਨੇਸ਼ ਚੱਡਾ MLA ਨੇ ਜੀ ਸਾਡੇ ਇਲਾਕੇ ਦੇ ਅਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ ਮੇਰੇ ਤਾਂ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਹੇ ਇਸ ਚੀਜ਼ ਦਾ ਇੰਤਜ਼ਾਰ ਅਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਅਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਅਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਾਰ ਅਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਅਤੇ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਅਤੇ ਉਦੋਂ ਜਦੋਂ ਤੁਹਾਡੀ ਤੁਸੀਂ CM ਬਣ ਗਏ ਸੀਗੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਅਤੇ ਤੁਸੀਂ ਸਾਡਾ ਜਿਹੜਾ ਹੈ ਇਹ ਸਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫ਼ਾ ਦੇ ਕੇ ਜਾ ਰਹੇ ਹੋ ਸਰ ਅਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋੜ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਅਤੇ ਸਾਨੂੰ ਸਭ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਹੈ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ ਅਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਅਤੇ ਆਈ ਐਮ ਯੂਅਰ ਬਿਗੈਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ